ਨੌਜਵਾਨ ਨੂੰ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰਨੀ ਪੈ ਗਈ ਮਹਿੰਗੀ। ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰਦੇ ਦੀ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਕਰਦਾ ਸੀ ਨੌਜਵਾਨ ਪੋਸਟ। ਸੋਸ਼ਲ ਮੀਡੀਆ 'ਤੇ 7.5 ਲੱਖ ਤੋਂ ਜ਼ਿਆਦਾ ਬੰਦੇ ਕਰਦੇ ਨੇ ਨੌਜਵਾਨ ਨੂੰ ਫੋਲੋ। ਤਾਂ ਪਾਣੀਪਤ ਦਾ ਇੱਕ ਨੌਜਵਾਨ ਜਿਸ ਦਾ ਨਾਮ ਨਿਸ਼ੂ ਦੇਸਵਾਲ ਦੱਸਿਆ ਜਾ ਰਿਹਾ, ਉਸਦੇ ਨਾਲ ਇੱਕ ਅਣਹੋਣੀ ਹੋ ਗਈ ਜਿਸ ਵਕਤ ਉਹ ਵੀਡੀਓ ਸ਼ੂਟ ਕਰ ਰਿਹਾ ਸੀ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰਦੇ ਦੀ, ਜਿਸ ਨੂੰ ਕਿ ਬਾਅਦ ਦੇ ਵਿੱਚ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਨਾ ਸੀ। ਦੱਸ ਦਈਏ ਕਿ ਇਸ ਨੌਜਵਾਨ ਨੂੰ ਸੋਸ਼ਲ ਮੀਡੀਆ ਦੇ ਉੱਤੇ ਤਕਰੀਬਨ 7.5 ਲੱਖ ਤੋਂ ਜ਼ਿਆਦਾ ਜਿਹੜੇ ਬੰਦੇ ਨੇ ਉਹ ਫੋਲੋ ਕਰਦੇ ਨੇ। ਤਾਂ ਅਕਸਰ ਹੀ ਇਹ ਨੌਜਵਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰਦੇ ਦੀ ਵੀਡੀਓਜ਼ ਨੂੰ ਪੋਸਟ ਕਰਦਾ ਹੁੰਦਾ ਸੀ ਅਤੇ ਜਿਸ ਨੂੰ ਲੋਕਾਂ ਦੁਆਰਾ ਲਾਈਕ ਵੀ ਕੀਤਾ ਜਾਂਦਾ ਸੀ। ਤਾਂ ਦੱਸ ਦਈਏ ਕਿ ਇਹ ਨੌਜਵਾਨ ਨਿਸ਼ੂ ਦੇਸਵਾਲ ਜਿਸ ਵਕਤ ਇਹ ਵੀਡੀਓ ਸ਼ੂਟ ਕਰ ਰਿਹਾ ਸੀ ਇੰਸਟਾਗ੍ਰਾਮ 'ਤੇ ਪਾਉਣ ਦੇ ਲਈ, ਉਸ ਵਕਤ ਇਸ ਨੌਜਵਾਨ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ। ਜਾਣਕਾਰੀ ਮੁਤਾਬਿਕ ਨਿਸ਼ੂ ਦੇਸਵਾਲ ਡਰਾਈਵਿੰਗ ਸੀਟ 'ਤੇ ਬੈਠਾ ਸੀ, ਅੱਗੇ ਵਾਲੇ ਪਾਸਿਓਂ ਚੱਲਦੇ ਟਰੈਕਟਰ ਨੂੰ ਚੁੱਕ ਕੇ ਅਤੇ ਪਿਛਲੇ ਟਾਇਰ 'ਤੇ ਸੰਤੁਲਨ ਬਣਾ ਕੇ ਸੋਸ਼ਲ ਮੀਡੀਆ 'ਤੇ ਰੀਲ ਪੋਸਟ ਕਰ ਰਿਹਾ ਸੀ। ਤਾਂ ਅਚਾਨਕ ਟਰੈਕਟਰ ਪਿਛਲੇ ਪਾਸਿਓਂ ਪਲਟ ਗਿਆ, ਜਿਸ ਕਾਰਨ ਨੌਜਵਾਨ ਦਾ ਸਿਰ ਸਟੇਅਰਿੰਗ ਅਤੇ ਸੀਟ ਵਿਚਕਾਰ ਫਸ ਗਿਆ। ਤਾਂ ਦੱਸ ਦਈਏ ਕਿ ਬੜੀ ਸਖਤ ਮਿਹਨਤ ਤੋਂ ਬਾਅਦ ਟਰੈਕਟਰ ਨੂੰ ਸਿੱਧਾ ਕੀਤਾ ਗਿਆ, ਜਿਸ ਤੋਂ ਬਾਅਦ ਨੌਜਵਾਨ ਨੂੰ ਉੱਥੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਤਾਂ ਪਾਣੀਪਤ ਦਾ 22 ਸਾਲਾ ਨਿਸ਼ੂ ਦੇਸਵਾਲ ਨਾਮ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ, ਜੋ ਕਿ ਸੋਸ਼ਲ ਮੀਡੀਆ ਕਿੰਗ ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਅਕਸਰ ਹੀ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰਨ ਦੀਆਂ ਵੀਡੀਓਜ਼ ਇਹ ਸੋਸ਼ਲ ਮੀਡੀਆ 'ਤੇ ਪਾਉਂਦਾ ਹੁੰਦਾ ਸੀ। ਹਾਲਾਂਕਿ ਪੰਜਾਬ ਸਰਕਾਰ ਦੁਆਰਾ ਸਖ਼ਤ ਨਿਰਦੇਸ਼ ਵੀ ਜਾਰੀ ਕੀਤੇ ਗਏ ਸੀ ਕਿ ਟਰੈਕਟਰਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਟੰਟਬਾਜ਼ੀ ਹੈ ਉਸਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜੇਕਰ ਅਜਿਹਾ ਕੋਈ ਕਰਦਾ ਤਾਂ ਉਸਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰ ਇਹ ਨੌਜਵਾਨ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰਨ ਦੀਆਂ ਜਿਹੜੀ ਵੀਡੀਓਜ਼ ਹੈ ਉਹ ਸੋਸ਼ਲ ਮੀਡੀਆ 'ਤੇ ਪਾਇਆ ਕਰਦਾ ਸੀ। ਸਕਰੀਨ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ, ਪਾਣੀਪਤ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ। 1.5 ਸਾਲ ਪਹਿਲਾਂ ਹੀ ਨਿਸ਼ੂ ਦੇਸਵਾਲ ਦਾ ਵਿਆਹ ਹੋਇਆ ਸੀ ਅਤੇ 6 ਮਹੀਨੇ ਦੇ ਬੇਟੇ ਦਾ ਪਿਤਾ ਸੀ ਨੌਜਵਾਨ ਨਿਸ਼ੂ ਦੇਸਵਾਲ। ਉਸ ਵਕਤ ਇਸ ਨੌਜਵਾਨ ਦੇ ਨਾਲ ਭਿਆਨਕ ਹਾਦਸਾ ਵਾਪਰ ਜਾਂਦਾ ਹੈ, ਜਿਸ ਵਕਤ ਇਹ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਨ ਦੇ ਲਈ ਵੀਡੀਓ ਸ਼ੂਟ ਕਰ ਰਿਹਾ ਸੀ, ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰ ਰਿਹਾ ਸੀ। ਤਾਂ ਪਾਣੀਪਤ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ। ਤਾਂ ਪਾਣੀਪਤ ਦਾ ਇੱਕ ਨੌਜਵਾਨ ਜਿਸ ਦਾ ਨਾਮ ਨਿਸ਼ੂ ਦੇਸਵਾਲ ਦੱਸਿਆ ਜਾ ਰਿਹਾ ਹੈ, ਉਸਦੇ ਨਾਲ ਇੱਕ ਅਣਹੋਣੀ ਹੋ ਗਈ ਜਿਸ ਵਕਤ ਉਹ ਵੀਡੀਓ ਸ਼ੂਟ ਕਰ ਰਿਹਾ ਸੀ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰਦੇ ਦੀ, ਜਿਸ ਨੂੰ ਕਿ ਬਾਅਦ ਦੇ ਵਿੱਚ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਨਾ ਸੀ। ਦੱਸ ਦਈਏ ਕਿ ਇਸ ਨੌਜਵਾਨ ਨੂੰ ਸੋਸ਼ਲ ਮੀਡੀਆ ਦੇ ਉੱਤੇ ਤਕਰੀਬਨ 7.5 ਲੱਖ ਤੋਂ ਜ਼ਿਆਦਾ ਜਿਹੜੇ ਬੰਦੇ ਨੇ ਉਹ ਫੋਲੋ ਕਰਦੇ ਨੇ। ਤਾਂ ਅਕਸਰ ਹੀ ਇਹ ਨੌਜਵਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰਦੇ ਦੀ ਵੀਡੀਓਜ਼ ਨੂੰ ਪੋਸਟ ਕਰਦਾ ਹੁੰਦਾ ਸੀ ਅਤੇ ਜਿਸ ਨੂੰ ਲੋਕਾਂ ਦੁਆਰਾ ਲਾਈਕ ਵੀ ਕੀਤਾ ਜਾਂਦਾ ਸੀ। ਤਾਂ ਦੱਸ ਦਈਏ ਕਿ ਇਹ ਨੌਜਵਾਨ ਨਿਸ਼ੂ ਦੇਸਵਾਲ ਜਿਸ ਵਕਤ ਇਹ ਵੀਡੀਓ ਸ਼ੂਟ ਕਰ ਰਿਹਾ ਸੀ ਇੰਸਟਾਗ੍ਰਾਮ 'ਤੇ ਪਾਉਣ ਦੇ ਲਈ, ਉਸ ਵਕਤ ਇਸ ਨੌਜਵਾਨ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ। ਜਾਣਕਾਰੀ ਮੁਤਾਬਿਕ ਨਿਸ਼ੂ ਦੇਸਵਾਲ ਡਰਾਈਵਿੰਗ ਸੀਟ 'ਤੇ ਬੈਠਾ ਸੀ, ਅੱਗੇ ਵਾਲੇ ਪਾਸਿਓਂ ਚੱਲਦੇ ਟਰੈਕਟਰ ਨੂੰ ਚੁੱਕ ਕੇ ਅਤੇ ਪਿਛਲੇ ਟਾਇਰ 'ਤੇ ਸੰਤੁਲਨ ਬਣਾ ਕੇ ਸੋਸ਼ਲ ਮੀਡੀਆ 'ਤੇ ਰੀਲ ਪੋਸਟ ਕਰ ਰਿਹਾ ਸੀ। ਤਾਂ ਅਚਾਨਕ ਟਰੈਕਟਰ ਪਿਛਲੇ ਪਾਸਿਓਂ ਪਲਟ ਗਿਆ, ਜਿਸ ਕਾਰਨ ਨੌਜਵਾਨ ਦਾ ਸਿਰ ਸਟੇਅਰਿੰਗ ਅਤੇ ਸੀਟ ਵਿਚਕਾਰ
ਫਸ ਗਿਆ। ਤਾਂ ਦੱਸਦੀ ਹੈ ਕਿ ਬੜੀ ਸਖ਼ਤ ਮਿਹਨਤ ਤੋਂ ਬਾਅਦ ਟਰੈਕਟਰ ਨੂੰ ਸਿੱਧਾ ਕੀਤਾ ਗਿਆ, ਜਿਸ ਤੋਂ ਬਾਅਦ ਨੌਜਵਾਨ ਨੂੰ ਉੱਥੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਤਾਂ ਪਾਣੀਪਤ ਦਾ 22 ਸਾਲਾ ਨਿਸ਼ੂ ਦੇਸਵਾਲ ਨਾਮ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ, ਜੋ ਕਿ ਸੋਸ਼ਲ ਮੀਡੀਆ ਕਿੰਗ ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਅਕਸਰ ਹੀ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰਨ ਦੀਆਂ ਵੀਡੀਓਜ਼ ਇਹ ਸੋਸ਼ਲ ਮੀਡੀਆ 'ਤੇ ਪਾਉਂਦਾ ਹੁੰਦਾ ਸੀ। ਹਾਲਾਂਕਿ ਪੰਜਾਬ ਸਰਕਾਰ ਦੁਆਰਾ ਸਖ਼ਤ ਨਿਰਦੇਸ਼ ਵੀ ਜਾਰੀ ਕੀਤੇ ਗਏ ਸੀ ਕਿ ਟਰੈਕਟਰਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਟੰਟਬਾਜ਼ੀ ਹੈ ਉਸਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਅਜਿਹਾ ਕੋਈ ਕਰਦਾ ਤਾਂ ਉਸਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰ ਇਹ ਨੌਜਵਾਨ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰਨ ਦੀਆਂ ਜਿਹੜੀ ਵੀਡੀਓਜ਼ ਹੈ ਉਹ ਸੋਸ਼ਲ ਮੀਡੀਆ 'ਤੇ ਪਾਇਆ ਕਰਦਾ ਸੀ। ਸਕਰੀਨ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ, ਪਾਣੀਪਤ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ। 1.5 ਸਾਲ ਪਹਿਲਾਂ ਹੀ ਨਿਸ਼ੂ ਦੇਸਵਾਲ ਦਾ ਵਿਆਹ ਹੋਇਆ ਸੀ ਅਤੇ 6 ਮਹੀਨੇ ਦੇ ਬੇਟੇ ਦਾ ਪਿਤਾ ਸੀ ਨੌਜਵਾਨ ਨਿਸ਼ੂ ਦੇਸਵਾਲ। ਉਸ ਵਕਤ ਇਸ ਨੌਜਵਾਨ ਦੇ ਨਾਲ ਭਿਆਨਕ ਹਾਦਸਾ ਵਾਪਰ ਜਾਂਦਾ ਹੈ, ਜਿਸ ਵਕਤ ਇਹ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਨ ਦੇ ਲਈ ਵੀਡੀਓ ਸ਼ੂਟ ਕਰ ਰਿਹਾ ਸੀ, ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰ ਰਿਹਾ ਸੀ। ਤਾਂ ਪਾਣੀਪਤ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ।